ਕੀ ਰਹਿ ਗਿਆ? ਟਾਈਮ ਹੋ ਗਿਆ ਸ਼ਾਮ ਦੇ 6:45। ਪਿਛਲਾ ਵਲੌਗ ਅੱਜ ਆਪਾਂ ਦੁਪਹਿਰੇ ਐਂਡ ਕੀਤਾ ਸੀਗਾ ਅਤੇ ਉਦੋਂ ਬਾਅਦ ਆਪਾਂ ਹੁਣ ਆਹ ਵਲੌਗ ਸ਼ੁਰੂ ਕਰ ਲਿਆ। ਜਿਨ੍ਹਾਂ ਨੇ ਪਿਛਲਾ ਵਲੌਗ ਨਹੀਂ ਦੇਖਿਆ ਉਹਨਾਂ ਨੂੰ ਮੈਂ ਦੱਸਦਾ, ਆਪਣੇ ਘਰੇ ਖੰਡ ਪਾਠ ਜੀ ਦਾ ਪ੍ਰਕਾਸ਼ ਹੋਇਆ ਵਿਆ ਅਤੇ ਅੱਜ ਆਪਣਾ ਹੈਗਾ ਦੂਜਾ ਦਿਨ ਅਤੇ ਰਾਤ ਦੀ ਰੋਟੀ ਦੀ ਤਿਆਰੀ ਹੋ ਰਹੀ ਹੈ, ਮਤਲਬ ਪ੍ਰਸ਼ਾਦੇ ਦੀ ਤਿਆਰੀ ਹੋ ਰਹੀ ਹੈ ਅਤੇ ਇੱਧਰ ਪਵਨ ਵੀ ਸੇਬ ਕੱਟ ਰਹੀ ਹੈ ਅਤੇ ਵਰਿੰਦਰ ਥੋੜ੍ਹਾ ਜਿਹਾ ਆਰਾਮ ਫਰਮਾ ਕੇ ਉੱਠਿਆ ਵਾ ਹੁਣ, ਕਿਉਂਕਿ ਹੁਣ ਇਸ ਤੋਂ ਬਾਅਦ ਸਾਡੀ ਡਿਊਟੀ ਆ। ਫਿਰ ਸਾਰੀ ਰਾਤ ਅੱਜ, ਕੱਲ੍ਹ ਮੈਂ ਅਤੇ ਪੰਮਾ ਸੀ, ਅੱਜ ਮੈਂ ਅਤੇ ਵਰਿੰਦਰ ਹਾਂ। ਸ਼ਾਇਦ ਪੰਮਾ ਉਹ ਕਿ ਨਹੀਂ ਉਹ ਫਰੂਟ ਕਾਸਟਰਡ। ਪੰਮਾ ਸਾਡੀਆਂ ਉਮੀਦਾਂ ਤੋਂ ਉਲਟ ਹੋ ਗਿਆ, ਪਹੁੰਚ ਗਿਆ, ਉਮੀਦ ਜਮਾਂ ਨਹੀਂ ਸੀਗੀ। ਚਲੋ ਵੀ ਹੁਣ ਆਪਾਂ ਭੋਗ ਲਵਾਤਾ, ਹੁਣ ਪਾਠੀ ਸਿੰਘਾਂ ਨੂੰ ਪ੍ਰਸ਼ਾਦਾ ਛਕਾਉਣ ਦਾ ਟਾਈਮ ਹੋ ਗਿਆ। ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ ਜੀ। ਟਾਈਮ ਹੋ ਗਿਆ ਸਵੇਰ ਦੇ 6, ਆਪਾਂ ਨਹਾ ਕੇ ਰੈੜੀਆਂ ਅਤੇ ਰਾਤੀ ਪਿੰਦਰ ਉਹਨਾਂ ਨੇ ਪਾਠੀ ਸਿੰਘਾਂ ਨੂੰ ਪ੍ਰਸ਼ਾਦਾ ਛਕਾਤਾ ਸੀ। ਉਸ ਤੋਂ ਬਾਅਦ ਆਪਾਂ ਸਾਰਾ ਘਰ ਦਾ ਕੰਮ ਕਾਰ ਨਿਬੇੜ ਕੇ ਸੌ ਗਏ ਸੀ, ਕਿਉਂਕਿ ਟਾਇਰਡ ਬਹੁਤ ਜ਼ਿਆਦਾ ਹੋ ਗਏ ਸੀਗੇ। ਸੋ ਤਾਂ ਸੋਚਿਆ ਕਿ ਵੀਡੀਓ ਆਪਾਂ ਸਵੇਰੇ ਕੰਟੀਨਿਊ ਕਰਾਂਗੇ। ਸੋ ਆਪਾਂ ਅੱਜ ਦੀ ਵੀਡੀਓ ਆਪਦੀ ਕੰਟੀਨਿਊ ਕਰਦੇ ਹਾਂ ਅਤੇ ਬਾਕੀ ਹੁਣ ਆਪਾਂ ਕਰਦੇ ਹਾਂ ਬਾਹਰ ਜਾ ਕੇ ਪ੍ਰਸ਼ਾਦੇ ਦੀ ਤਿਆਰੀ। ਮੰਮੀ ਹੁਣੀ ਦੇਖ ਸਜਾਉਣ ਲੱਗੇ ਉਹਨੇ, ਸੋ ਆ ਜਾਓ ਤੁਸੀਂ ਵੀ ਨਾਲ ਹੀ, ਚਲੋ ਆਪਾਂ ਦਿਖਾਉਂਦੇ ਹਾਂ ਕਿ ਸਾਰੇ ਬਾਹਰ ਕੀ ਕਰਦੇ ਆ। ਆਜ ਕਾਲ ਤਜ ਜਾਹੋਂਗੇ ਜਿਉ ਕਾਨ ਚੋਰੀ ਪੋਆਂਗਾ, ਕਬੀਰ ਲੁਕਨ ਹੈ ਤਾਲੂ ਕਰਿਆ, ਨਾਮ ਨਾਮ ਹੈ ਲੂਕ ਫਿਰ ਪਾਚਾ ਪਤ ਪਾਵੋਂਗੇ। ਕੀ ਕਰਦੇ ਹੋ ਮਾਸੀ, ਕੀ ਕਰਦੇ ਹੋ? ਸਜਾ ਲਈ ਦੇਗ? ਚਲੋ ਵਧੀਆ, ਚਲੋ ਵਧੀਆ। ਕੱਲ ਦੀ ਸਾਡੀ ਮਾਸੀ ਕੰਮ ਬਹੁਤ ਕਰ ਰਹੀ ਆ। ਹਾਂਜੀ ਹਾਂਜੀ, ਚਲੋ ਠੀਕ ਆ, ਹੁਣ ਆਪਾਂ ਵੀ ਸੇਵਾ ਕਰ ਲਈਏ। ਟਾਈਮ ਸਵੇਰ ਦੇ 7:00, ਰਾਤ 4 ਸੁੱਤੇ ਸੀਗੇ ਅਤੇ ਅੱਜ 6:30 ਉੱਠ ਖੜ੍ਹੇ ਅਤੇ ਕੱਲ੍ਹ ਰਾਤ ਵੀ ਆਪਾਂ 3-4 ਘੰਟੇ ਸੁੱਤੇ ਸੀਗੇ। ਕੱਲ੍ਹ ਰਾਤ ਮੈਂ ਅਤੇ ਪੰਮਾ ਜਾਗਦੇ ਸੀਗੇ ਅਤੇ ਅੱਜ ਰਾਤ ਮੈਂ ਅਤੇ ਵਰਿੰਦਰ ਜਾਗਦੇ ਰਹੇ, ਬਟ ਹਲੇ ਵੀ ਆਪਣੀ ਐਨਰਜੀ ਲੈਵਲ ਪੂਰਾ ਹਾਈ ਆ। ਹੁਣ ਮੈਂ ਪਹਿਲਾਂ ਨਹਾਰਾਂ ਅਤੇ ਉਦੋਂ ਬਾਅਦ ਆਪਾਂ ਕਰਦੇ ਹਾਂ ਵੀਡੀਓ ਨੂੰ ਕੰਟੀਨਿਊ। ਕਬੀਰ ਨਾ ਜਾਣਿਓ ਪਰ ਗੋਪਾਲ। ਕੱਲ ਤੁਸੀਂ ਇੱਕ ਬਹੁਤ ਸੋਹਣੇ ਸੋਹਣੇ ਕਮੈਂਟ ਕਰੇ ਸੀਗੇ ਕਿ ਬਾਈ ਤੂੰ ਆਪ ਪਰਨਾ ਬਹੁਤ ਸੋਹਣਾ ਬੰਨਿਆ ਸੀਗਾ, ਪੰਮੇ ਨੇ ਤਾਂ ਹੱਸ ਹੀ ਪਾਇਆ ਤੇ ਪੰਮਾ ਹੁਣ ਗੱਲ ਸੀਰੀਅਸ ਲੈ ਗਿਆ, ਕਹਿੰਦਾ ਅੱਜ ਪਰਨਾ ਫਿਰ ਮੈਂ ਦੁਬਾਰਾ ਪੂਣੀ ਕਰਕੇ ਬੰਨੂ। ਕੱਲ ਮੈਂ ਹਾਸੇ ਮਜ਼ਾਕ ਚ ਪਾਦਾ ਸੀ, ਹਾਂ ਬੱਬਾ ਸੀਰੀਅਸ ਲੈ ਗਿਆ, ਕਹਿੰਦਾ ਬਾਈ ਅੱਜ ਦੇਖੇ ਤੂੰ ਚਿੱਬ ਕੱਢ ਦੇ ਪਵਨ ਲੋੜ ਦੇ ਛਿੱਟਾ ਨਾਲ ਪੂਣੀ ਕਰਾ ਕੇ ਰਾਜ ਬਾਈ ਦੇ ਸੋਹਣਾ ਪਰਨਾ ਬੰਨਣਾ। ਬਾਜੀ ਰੋਂ 1 ਮੀਟਰ ਮਾਲ ਵਾਲਾ ਉੱਪਰ ਸਿਰ ਤੇ ਲਓ ਵੀ ਅੱਜ ਦੱਸਿਓ ਕਮੈਂਟ ਕਰਕੇ, ਅੱਜ ਪੰਮੇ ਨੇ ਪਰਨਾ ਮੇਰਾ ਕੱਲੇ ਪਰਨੇ ਨਾਲ ਸੋਹਣਾ ਬੰਨਿਆ ਕਿ ਨਹੀਂ, ਤੇ ਮੇਰੇ ਤਿਆਰ ਹੁੰਦੇ ਹੁੰਦੇ ਆਪਣੇ ਪ੍ਰਾਹੁਣੇ ਪਹੁੰਚ ਗਏ। ਸਤਿ ਸ਼੍ਰੀ ਅਕਾਲ ਜੀ, ਸਵੇਰੇ ਸਵੇਰੇ ਤਾਂ ਬੜਾ ਹੌਲੀ ਬੋਲਦਾ, ਇੱਕ ਪ੍ਰਾਹੁਣਾ ਆਪਣਾ ਉਹ ਫਿਰ ਦੱਸੋ ਰਿਹਾ। ਸਤਿ ਸ਼੍ਰੀ ਅਕਾਲ ਜੀ, ਕਹੋ ਪ੍ਰਾਹੁਣੇ ਸੰਗਦੇ ਆ ਗੜੀ। ਸਤਿ ਸ਼੍ਰੀ ਅਕਾਲ, ਵਿੱਚ ਕੱਟੀ ਜਾਣੀ ਸੀ। ਸਤਿ ਸ਼੍ਰੀ ਅਕਾਲ ਜੀ, ਚਲੋ ਵੀ ਹੁਣ ਆਪਾਂ ਪਹਿਲਾਂ ਉੱਪਰ ਚੱਲੀਏ ਤੇ ਫਿਰਦੇ। ਚਲੋ ਜੀ ਚਲੋ, ਕਿਰਨ ਅੱਜ ਫਿਰ ਮਿਸ ਮਾਰ ਗਈ।
ਵੀ ਆਪਣੇ ਜਗਤਾਰ ਸਿੰਘ ਵੀ ਪਹੁੰਚ ਚੁੱਕੇ ਨੇ ਕਿਵੇਂ ਹੋ ਵਧੀਆ ਠੀਕ ਠਾਕ ਠੀਕ ਠਾਕ ਤੁਸੀਂ ਦੱਸੋ ਚਾ ਬਾ ਵਧੀਆ ਵਧੀਆ ਆਜੋ ਮੈਂ ਸਵੇਰ ਦਾ ਹਲੇ ਹੁਣ ਚਾਹ ਪੀਣ ਲੱਗਿਆ ਵਾਂ ਤੇ ਬਾਕੀ ਇਹ ਗੱਲ ਪੱਕੀ ਅੱਜ ਵੀ ਆਪਣੇ ਪੰਧੇਰਖੀ ਵਾਲੇ ਨੰਬਰ ਲਾ ਗਏ ਆ ਮੇਰੇ ਵੀ ਤਿਆਰ ਹੋਣ ਤੋਂ ਪਹਿਲਾਂ ਪਹੁੰਚ ਗਏ ਹਲੇ ਮਾਸੀ ਤੇਰਾ ਮੁੰਡਾ ਪਹੁੰਚਿਆ ਹੀ ਨਹੀਂ ਬਾਈ ਭਾਈ ਕੰਮ ਕਰਦਾ ਵਿਚਾਰਾ ਉਹ ਸਵੇਰੇ 7 ਵਜੇ ਕਿਹੜੇ ਕੰਮ ਲੱਗ ਗਿਆ ਐ ਬਈ ਐ ਵੀ ਅੱਜਾ ਜਗਤਾਰ ਸਿੰਘ ਹੋਣੀ ਵੀ ਪਹੁੰਚ ਗਏ ਹੈ ਤੇ ਬਾਕੀ ਹੁਣ ਚਾਹ ਪੀ ਲਈਏ ਆ ਬਦਾਣਾ ਖਾ ਲਾ ਨਾਲੇ ਬਈ ਕੱਲ ਕਮੈਂਟ ਆਇਆ ਮੈਨੂੰ ਐਸ ਪਵਨ ਕੱਲ ਕਮੈਂਟ ਆਇਆ ਕਹਿੰਦੇ ਬਦਾਣਾ ਪਕੌੜਿਆ ਨਹੀਂ ਹੁੰਦਾ ਬਦਾਣਾ ਭੁਜੀਆ ਹੁੰਦਾ ਹੈ ਹਾਂ ਹੈਨਾ ਬਾਕੀ ਬਾਈ ਰੱਬ ਜਾਣਦਾ ਉਹ ਦਵੋ ਬਿਆਨ ਬਾਜੀ ਕੋਈ ਦੋਨੀ ਹੋ ਜਾਂਦੇ ਆ ਚਲੋ ਪਰਨਾ ਵੀ ਸੋਚਦਾ ਸਤਿ ਸ਼੍ਰੀ ਅਕਾਲ ਮਾਸੀ ਮਾਸੀ ਕਹਿਣਾ ਮੇਰੀ ਵੀਡੀਓ ਨਾ ਬਣਾਈ ਹੁਣ ਮੇਰੀ ਫੋਟੋ ਨਾ ਬਣਾਈ ਚਲੋ ਗੱਲ ਸੁਣ ਤੂੰ ਮੈਨੂੰ ਬਰਫੀ ਦੇ ਤੇਰੀ ਉਹ ਮੈਂ ਕਿਹਾ ਘਰ ਦੇ ਬੰਦਿਆਂ ਨੂੰ ਕੀ ਦੇਣੀ ਹੈ ਗੱਲਾਂ ਕਰੀ ਕੱਲੀਆਂ ਪਕੌੜੀਆਂ ਬਦਾਰੇ ਹੀ ਠੀਕ ਨੇ ਗੱਲਾਂ ਕਰੀ ਹੈ ਗੱਲ ਹੀ ਆ ਤੁਸੀਂ ਤਿੰਨੀ ਇੱਕੋ ਜਿਹੀ ਕੀ ਆਈ ਆਈ ਓਏ ਹੈ ਤਿੰਨੀ ਸੰਗੀਆਂ ਇੱਕ ਜਦੋਂ ਨਾ ਉਹਨੂੰ ਬੁਲਾਉਂਦੀ ਹੈ ਨਾ ਉਹਨੂੰ ਬੁਲਾਉਂਦੀ ਖੇਡ ਲਓ ਹੁਣ ਸਿਮ ਕਿਤੇ ਵੀ ਜੀ ਨਹੀਂ ਲੱਗਦਾ ਖੇਡ ਲਓ ਗੱਡੀ 'ਚ ਨਹੀਂ ਜਾਣਾ ਹੈਗਾ
लो भी इन्हां दी आड़ी पै गई हुणे खेडण लगे आ जीरो काटी चलो जीरो देख दिया भी। काटी पाती हुण जीरो आ गई लै भी पुत टर्न वाइज चली जांदा पुत चलो ਹੁਣ ਤੁਹਾਡੀ ਵਾਰੀ ਆ ਚੱਲ ਕਨਫਿਊਜ਼ ਹੋ ਗਈ ਉਹ ਸ਼ੁਰੂ ਤੋਂ ਖੇਡੋ ਗੇਮ ਇਹ ਤੁਹਾਡੀ ਗੇਮ ਗਲਤ ਹੋ ਗਈ ਦੁਬਾਰਾ ਸਹੀ ਆ ਉਹ ਕੱਟ ਤਾ ਇੱਥੇ ਮਾਰ ਦੋ ਇੱਥੇ ਮਾਰ ਦੇ ਜੀਰੋ ਨਹੀਂ ਤੂੰ ਹਾਰ ਜਾਣਾ ਹਾਂ ਵੈਰੀ ਗੁੱਡ ਇਹ ਜੀ ਕੰਪਿਊਟਰ ਨਾਲ ਖੇਡਦਾ ਹੁੰਦਾ ਨਾ ਇਹ ਉਹਨੂੰ ਜਿੱਤੋ ਰੰਨਾ ਨਾ ਆਪ ਜਿੱਤੂ ਹੁਣ ਦੇਖ ਉਹ ਪੂਰੀ ਨਹੀਂ ਹੋ ਓ ਨੋ चलो जी बिल्ली ने आपदे पूरे रंग दिखाते औखा आया छेती कोई हल करना पैना नहीं तेने पहले ही झरीटा पालनिया ने ते बाकी भाई हरपिंदर कंगा कदे नाल लेके आया यार ओ बाल जे खराब होए सी सेट कर लांगे कहंदा एक दो फोटो खिच के जावांगे हुण असि हुण चलले मोटर ते सेट तां कीता जी आई आ एक बारी फोटो खिचण तों पहला भी करने आ दसा सिर ते रुमाल बन्ने होया सी ना पहला मैं तो आप ही टोपी ले ली फिर हाँ भी जगतार सिंह गड्डी तो नहीं चलानी आउंदी है आउंदी है मुंडे नूं ऐसी गल नहीं कोई होर सुना ठीक है देख ला हुण तेरी खातर गड्डी कड्डी आ बारा आपां नहीं हले मैं समझाने भी इन्हां ने टॉप मॉडल कढ़ता के हले कढ़ना मम्मी दराड़े ने टॉप ही आ फिर उपर शीशा तो लाए नहीं शीशे आउंदा ही नहीं अज इत्थे है ना तू इत्थे शीशा नहीं आता है जो बारो वह बंद बारो लवादे होंगे जिन्हें लग्या हों आफ्टर मार्केट होर दस ठीक ठाक खुश हो हूं कि लंबा गेड़ा कड़ना वा क्या जिन्ना क्डा कढ़ा दोगे असी गेड़ा कढ़ते कढ़ते ढैबी तो मुड़ के आए हैं तो हूँ आप कलोनी च आ गए अपनी मोटर के नाल ही है ना कलोनी आ ते हुण असीं इत्थे थोड़ा जिहा फोटो शूट करन लगे हां जगतार सिंह दा नाले हरपिंदर सिंह दा नाले तपिंदर सिंह दा क्यों भी मुंडिया ये आपदे बैठण नूं जगह साफ कर रहे हैं हैं रहण दे पुत तू छड केड़ा तेरे आपां कुड़ते नाल साफ कर लेणी तू बैठेगा बस 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 रहण दे चलो खड़ जा के हुण मैं बिठाउणा बैठ लो भी असं फोटो भी खिंचे आए तो मुंडे गेड़ा भी दवा लिया हूँ बई कहता मैं घरे तार दो चलो जी ठीक ठाक हो जी खुश हो हूँ बहुत बढ़िया बहुत बढ़िया मैं नंबर दस देना मेरी फोटो भेज दिने जी होर की हुक्म जी बस बहुत है जी चल ठीक है बाय बाय चलो भी ठीक ओके रखड़िया ने चंगा भी सिम बाय बाय हूँ गाली बार तू किरण नाल लेके आना ठीक है क्या किरण आँदी नहीं क्या अच्छा जी क्या मैं तो आपका मजा आ
बाय। आ पर्स बड़ा पाया सी अज। चलो भाई चंगा बाय 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 हूँ असं आवेंगे पंधेर खेड़ी जितने मेला होगा ठीक है 27th ओके बाय। साढ़े पिंड सिद्ध का मेला लगता होंगे दिवाली तो दशहरे से पचाले यस बाय बाय मिलती तो पूरी आ जाती है कनेडा चली होंगी क्या साडा पंधेर खिड़ी तो कनेडा तो घट सोना वा। लो भी हुण सारे आपो अपने घरां नूं चले गए ते अपने प्रोग्राम की समाप्ति हो चुकी है ते हुण आपां आ व्लॉग भी करदे आं इत्थे एंड जो व्लॉग वधिया लग्गिया व्लॉग नूं लाइक चैनल नूं सबसक्राइब ते सोणा जिहा कमेंट जरूर करिओ। हो सकदा अज दा व्लॉग थोड़ा जिहा छोटा होऊगा क्योंकि आपां थोड़ा जिहा बिजी वध सीगे ते बाकी इक गल होर हुण अज दा व्लॉग एडिट भी पवन ने कीता होया वा क्योंकि आपां हुण लगे आं सौण बहुत ही नींद आ रही है क्योंकि दो यस ते हुण मिलदे आं फिर आपां तुहानूं किसे अगली वीडियो च ते चंगा जी सत श्री अकाल। सत श्री अकाल वीडियो लाइक जरूर कर दिया करोगे।